ਸਾਰੇ ਟਰੈਕਟਰ ਮੰਗਾ ਨੰਬਰ ਆ, ਸਾਰੇ ਟਰੈਕਟਰਾਂ ਦੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰਿਆਂ ਦੀ ਜਾਣਕਾਰੀ ਦਿੰਦੇ ਹਾਂ। ਮੈਂ ਤਾਂ ਹੀ ਕਹਾਂ 4 4.5 ਕੀਮਤ ਲੋਕਲ ਨੰਬਰ ਦੀ ਹੋਣੀ ਆ, ਬਾਹਰ ਦੇ ਨੰਬਰ 'ਤੇ ਇੰਨੀ ਕੀਮਤ ਹੈ ਨਹੀਂ। ਅਤੇ ਡਬਲ ਜੈਕ ਵਾਲਾ ਹਿੱਸਾ ਦੇਖੋ ਬਣਾਇਆ, ਸਟੈਂਡਰਡ ਵਾਲਿਆਂ ਨੇ ਮੇਰੇ ਖਿਆਲ ਮੇਰੇ ਵਾਂਗੂ ਘਰ ਬੈਠੇ ਨੇ ਹਿੱਸਾ ਬਣਾ ਤਾ ਨਾ। 50-55i 2013 ਮਾਡਲ ਆ, ਅਤੇ ਇਹ ਆਪਣਾ ਇਹ ਵੀ ਮੰਗਾਲ ਨੰਬਰ ਆ, ਅਤੇ ਬੰਪਰ ਲੱਗਾ ਟਰੈਕਟਰ ਨੂੰ, ਅਤੇ ਬਾਕੀ ਆਪਣੇ ਟਾਇਰ ਪਿਛਲੇ ਦੇਖ ਲਓ। ਇਹਦੀ ਕੀ ਡਿਮਾਂਡ ਕਰਦੇ ਹੋ? 3-10 ਇੱਕੋ ਦੁਕਾਨ 'ਤੇ ਟਰੈਕਟਰ ਖੜ੍ਹੇ ਆ ਸਾਰੇ, 3,10,000 ਡਿਮਾਂਡ ਇਹਦੀ ਆ। 2013 ਮਾਡਲ ਆ, 3 ਸਪੀਡ ਆਇਆ ਵਾ, 50-55i ਰੋਟਰੀ ਪੰਪ ਹੁੰਦਾ ਇਹਦਾ। ਆਹ ਟਾਇਰ ਪਿਛਲੇ ਨਿਗਾ ਮਰਾਦਾਂ ਤੁਹਾਡੇ, ਆਪਦਾ ਰੰਗ ਰੁੰਗ ਜਿਹੜਾ ਦੇਖਣਾ ਵੀ ਰਾ ਕੇ ਤਸੱਲੀ ਕਰ ਲਏ, ਅਤੇ ਇੱਕ ਖੜ੍ਹੇ ਟਰੈਕਟਰ ਦੀ ਜਾਣਕਾਰੀ ਦੇਣੀ ਹੁੰਦੀ ਆ ਵੀ ਇੱਥੇ ਆਹ ਟਰੈਕਟਰ ਖੜ੍ਹੇ ਆ। ਜਿਹੜੀ ਕੋਈ ਆਪਦੀ ਚੀਜ਼ ਹੁੰਦੀ ਆ ਉਹਦੀ ਅਸੀਂ ਕੋਈ ਗੱਲ ਹੋਰ ਕਰ ਸਕਦੇ, ਜਿਹੜੀ ਕਿਸੇ ਦੀ ਦੁਕਾਨ 'ਤੇ ਖੜ੍ਹੀ ਚੀਜ਼ ਆ ਉਹਦੇ ਬਾਰੇ ਆਪਾਂ ਕੋਈ ਐਡੀ ਕਲੀਅਰ ਗੱਲ ਤੁਹਾਨੂੰ ਇਹਦੇ ਦਾ ਮਾਡਲ ਦਾ ਰੇਟ ਦੱਸ ਸਕਦੇ ਹਾਂ। 605di, ਇਹ ਕਿਹੜਾ ਮਾਡਲ ਆ ਵੀਰ? 2017 ਮਾਡਲ ਆ, ਟਾਇਰ ਤਕਰੀਬਨ ਨਵੇਂ ਹੀ ਆ ਨਾ ਟਰੈਕਟਰ ਦੇ। 258 ਨੰਬਰ ਦੁਕਾਨ ਆ ਤੁਹਾਡੀ? 258 ਨੰਬਰ ਦੁਕਾਨ 'ਤੇ ਖੜ੍ਹੇ ਆ, ਅਤੇ ਇਹ 17 ਮਾਡਲ ਆ। ਇਹਦਾ ਕੀ ਮੰਗ ਮੁੰਗਾ? 380। ਵਧੀਆ ਟਰੈਕਟਰ ਆ, ਕੋਈ ਇੰਜਣ ਗੇਅਰ ਦਾ ਵਧੀਆ ਟਰੈਕਟਰ ਆ ਸਾਰਾ। ਜੇ ਕੋਈ ਕਮੀ ਪੇਸ਼ੀ ਆ ਦੱਸਦੀ, ਵੀਡੀਓ ਚੱਲਦੀ ਦੇ ਵਿੱਚ ਪਤਾ ਕੀ ਆ, ਸਾਰੇ ਮਿੱਤਰ ਸਾਡੇ ਇੰਜਣ ਗੇਅਰ ਦਾ ਵਧੀਆ। ਕੀ ਡਿਮਾਂਡ ਦੱਸੀ ਇਹਦੀ? 380। 380 ਟਾਇਰ ਵੀ ਨਵੇਂ ਆ ਦੋਸਤੋ ਟਰੈਕਟਰ ਦੇ, ਅਤੇ ਆਹ ਦੇਖ ਲਓ। ਬਾਕੀ ਇਹ ਤੋਂ ਪਿੱਛੇ ਸੋਨਾਲੀਕਾ 60 ਆ ਗਿਆ, ਉਹ ਵੀ ਤੁਹਾਨੂੰ ਦਿਖਾ ਦਿੰਦਾ। ਉਹ ਪਰਲਾ ਟਾਇਰ ਆ, ਟਾਇਰ ਦੀ ਗੁੱਡੀ ਦੇਖ ਲਓ ਵੀ ਕਿੰਨੀ ਖੜ੍ਹੀ ਆ। MRF ਦੇ ਮਗਰਲੇ ਟਾਇਰ ਆ, ਅਤੇ ਅਗਲੇ 650-20 ਵਾਲੇ ਜਿਹੜੇ 61 ਨੂੰ ਵੱਡੇ ਟਾਇਰ ਆਏ ਆ, ਅਤੇ ਆਹ ਇੱਕ ਨਟ ਘੱਟ ਆ, ਇਹਦਾ ਨਟ ਪਾਓ ਯਾਰ ਛੋਟੇ ਵੀਰ। ਅਤੇ ਆਹ ਸੋਨਾਲੀਕਾ 60 ਆ, ਇਹ ਕਿਹੜਾ ਮਾਡਲ ਹੈ? 16 ਮਾਡਲ ਆ। ਇਹਦੀ ਕੀ ਮੰਗ ਮੁੰਗਾ? 3.25। ਇਹ ਤਾਂ 2 ਸਪੀਡ ਹੋਣਾ ਨਾ, ਆਹ 3 ਸਪੀਡ ਆ ਗਿਆ ਅਰਜਨ, ਆਹ 2 ਸਪੀਡ ਆ। ਇਹਦੀ 3.25 ਮੰਗ ਹੈ, ਇਹਦੀ 3.25 ਡਿਮਾਂਡ ਆ ਦੋਸਤੋ। ਅਤੇ ਮੁੰਡਾ ਇੱਥੇ ਮਿਲੂਗਾ ਤੁਹਾਨੂੰ, 258 ਨੰਬਰ ਦੁਕਾਨ 'ਤੇ ਇਹੀ ਸਾਰੀ ਡੀਲਿੰਗ ਕਰਦਾ। ਕੀ ਨਾਮ 'ਤੇ ਦੁਕਾਨ ਬਾਈ ਦੀ ਇਹ? ਸੋਨੂ ਬਾਈ ਦਾ ਨਾਂ ਜਿਹਦਾ ਮਾਲਕ ਆ। ਇਹ ਡਿਊਜ ਫਾਰ ਕਿਹੜਾ ਮਾਡਲ ਹੈ? 2017 ਮਾਡਲ। ਇਹਦੀ ਕੀ ਡਿਮਾਂਡ ਆ ਵੀਰ? 270। ਇਹਦੀ 270 ਡਿਮਾਂਡ ਆ। ਕਿੰਨੀ ਹੋਰ ਪਤਾ ਕੁਛ? 40 ਹੋਰਸ ਪਾਵਰ ਟਰੈਕਟਰ, ਛੋਟਾ ਟਰੈਕਟਰ ਆ, ਜਿਹਨਾਂ ਨੂੰ ਛੋਟੇ ਟਰੈਕਟਰ ਚਾਹੀਦੇ ਆ। ਇਹਨਾਂ ਨੂੰ ਜਿਹੜਾ ਲੋਕਾਂ ਨੂੰ ਪਸੰਦ ਆ ਇਹ ਟਰੈਕਟਰ, ਡਿਊਜਡ ਹੈ, ਜੋ ਹੀ ਲੈਂਦੇ ਆ। ਜਿਹਨਾਂ ਨੂੰ ਕੋਈ ਮਾੜਾ ਮੋਟਾ ਸ਼ੌਂਕ ਹੈ ਨਾ ਟਰੈਕਟਰਾਂ ਦਾ, ਹਰ ਬੰਦਾ ਇਹਨੂੰ ਹੱਥ ਨਹੀਂ ਪਾਉਂਦਾ। ਇਹ ਤੋਂ ਬਾਅਦ ਆ ਗਿਆ 50-55i, ਹੈਂ। ਇਹ ਤੋਂ ਬਾਅਦ ਆ ਗਿਆ 5500 ਕਿਹੜਾ ਮਾਡਲ ਹੈ? ਚੱਲ ਤੇਰੇ ਕੋਲ ਵੀ ਆ ਰਿਹਾ, 2012 ਮਾਡਲ ਹੈ। ਇਹ ਤਾਂ 2 ਸਪੀਡ ਹੀ ਹੋਣਾ ਨਾ, ਇਹ ਰਾਣਾ ਨੰਬਰ ਹੈ, ਮੰਗਾਲ ਨੰਬਰ ਹੈ ਵੀ ਆਪਣਾ। ਹਾਂਜੀ, ਇਹਦੀ 290 ਡਿਮਾਂਡ ਆ, ਟਾਇਰ ਪਿਛਲੇ ਨੀਗਾ ਮਾਰ ਲਓ ਵੀਡੀਓ ਦੇ ਵਿੱਚ, ਅਤੇ 290 ਮੰਗ ਆ। ਵਾਰ ਵਾਰ ਤੁਹਾਨੂੰ ਦੱਸਦਾ 290। ਵੀਡੀਓ ਦੇ ਵਿੱਚ ਇਕੱਲੇ ਇਕੱਲੇ ਟਰੈਕਟਰ ਦਾ ਮੁੱਲ ਦੱਸਿਆ ਹੋਣਾ ਤੁਹਾਨੂੰ, ਪੂਰਾ ਪੁੱਛਣ ਦੀ ਲੋੜ ਨਹੀਂ ਪੈਣੀ। ਹੋਰ ਕਿਹੜਾ ਰਹਿ ਗਿਆ ਅੰਦਰ? ਕਿਹੜੇ ਕਿਹੜੇ ਰਹਿ ਗਏ? ਮੈਸੀ 600, ਅਤੇ ਆਪਣਾ ਇੰਡੋ ਫਾਰਮ ਰਹਿ ਗਿਆ, ਇਹ ਵੀ ਤੁਹਾਨੂੰ ਦਿਖਾ ਦਾ। ਇਹ ਕਿਹੜਾ ਮਾਡਲ ਹੈ? ਇੰਡੋ ਫਾਰਮ। ਸ਼ੁਰੂ ਕਰ ਲੈਂਦੇ 855 ਤੋਂ ਦੋਸਤੋ, ਸਾਰੇ ਟਰੈਕਟਰ ਮੰਗਾਲ ਨੰਬਰ ਆ। ਵਾਰ ਵਾਰ ਨਾ ਪੁੱਛਿਓ, ਬੇਨਤੀ ਕਰਦੇ ਹਾਂ, ਡਿਸਟਰਬ ਹੋਈਦਾ। ਅਸੀਂ ਵੀ ਸਾਰਾ ਦਿਨ ਕੰਮ ਕਾਰ ਵਾਲੇ ਬੰਦੇ ਹਾਂ, ਤਕਰੀਬਨ ਤੁਹਾਨੂੰ ਸਾਰੀ ਵੀਡੀਓ ਦੇਖ ਲਿਆ ਕਰੋ ਪੂਰੀ। ਐਂ ਨਹੀਂ ਹੁੰਦਾ ਵੀ ਆਪਾਂ 1 ਮਿੰਟ ਦੀ ਵੀਡੀਓ ਦੇਖ ਲਈ, ਬਾਅਦ 'ਚੋਂ ਫੋਨ ਕਰੀਏ। ਸਾਡੀ ਵੀਡੀਓ 5-4 ਮਿੰਟ ਦੀ ਹੁੰਦੀ ਆ, ਪੂਰੀ ਵੇਖ ਲਓ, ਤੁਹਾਨੂੰ ਇਕੱਲੀ ਇਕੱਲੀ ਗੱਲ ਦੀ ਡਿਟੇਲ ਪਤਾ ਲੱਗ ਜੂਗੀ, ਤੁਹਾਨੂੰ ਫੋਨ ਕਰਨ ਦੀ ਲੋੜ ਹੀ ਨਹੀਂ ਪੈਣੀ। ਰੇਟ ਤਕਰੀਬਨ ਹੀ ਟਰੈਕਟਰਾਂ ਦੇ ਫਿਕਸ ਹੁੰਦੇ ਆ, ਕੋਈ ਇੱਥੇ ਐਂ ਨਹੀਂ ਗਾ ਵੀ 30-30 ਹਜ਼ਾਰ ਦਾ ਫਰਕ ਨਹੀਂ ਨਿਕਲਣਾ।
ਇਸ ਕਰਕੇ ਤੁਹਾਨੂੰ ਮਾਡਲ ਤੋਂ ਲੈ ਕੇ ਸਾਰੀ ਇਕੱਲੀ ਇਕੱਲੀ ਡਿਟੇਲ ਨੰਬਰ ਕਈ ਭਰਾ ਪੁੱਛੀ ਜਾਂਦੇ ਕਿੱਥੋਂ ਦੇ ਨੰਬਰ ਆ, ਜਦੋਂ ਆਪਾਂ ਵੀਡੀਓ ਦੇ ਵਿੱਚ ਸਾਰਾ ਕੁਝ ਦੱਸ ਹੀ ਦਿੱਤਾ ਵੀਰੋ ਵੀ ਆਹ ਨੰਬਰ ਟਰੈਕਟਰ ਇੱਥੋਂ ਦੇ ਆ, ਫਿਰ ਤਾਂ ਭਾਅ ਜੀ ਲੋੜ ਹੀ ਨਹੀਂ ਹੁੰਦੀ ਫੋਨ ਕਰਨ ਦੀ। ਅਤੇ ਛੋਟੇ ਵੀਰਾ ਕਿਹੜਾ ਮਾਡਲ ਰੇਟਰ? 2015 ਮਾਡਲ ਇਹ ਵੀ ਵੈਸਟ ਬੰਗਾਲ ਨੰਬਰ ਆ ਨਾ, ਸਾਰੀ ਤੁਹਾਨੂੰ ਵੀਡੀਓ 'ਚ ਪਹਿਲਾਂ ਦੱਸਦਾ ਵੀ ਸਾਰੇ ਵੈਸਟ ਬੰਗਾਲ ਆ। 2015 ਮਾਡਲ ਆ, ਰਿਵਰਸ PTO ਆ, ਦੇਖ ਸਕਦੇ ਹੋ ਤੁਸੀਂ, ਰਿਵਰਸ PTO ਟਰੈਕਟਰ ਆ, ਪਾਵਰ ਸਟੇਅਰਿੰਗ ਆ। ਸਵਰਾਜ ਨੂੰ ਆਹ ਬੜੀ ਬਿਮਾਰੀ ਆ, ਜਿਹੜਾ ਵੀ ਸਵਰਾਜ ਮਿਲੂਗਾ ਤਰੂ ਸਾਹਿਬ ਦੇ ਆਹ ਬੜਾ ਜੱਬ ਹੋਇਆ ਹੁੰਦਾ, ਆਰਮ ਤਾਂ ਬਹੁਤ ਖਰਾਬ ਹੁੰਦਾ। ਕੀ ਡਿਮਾਂਡ ਕਰਦੇ ਛੋਟੇ ਵੀਰੇ ਦੀ? 3,40,000 ਡਿਮਾਂਡ ਆ 2015 ਮਾਡਲ। ਇਹ ਤੋਂ ਬਾਅਦ ਕਿਹੜਾ ਰੇਟਰ ਦਿਖਾ ਰਹੇ ਹਾਂ? ਟਾਇਰ ਦੇਖ ਲਓ, ਅਗਲੇ 7,50,000 ਦੇ ਆ, ਪਿਛਲੇ 16,28 ਦੇ ਆ, ਛੋਟੇ ਟਾਪੇ 'ਚ, ਅਤੇ ਪਾਵਰ ਸਟੇਅਰਿੰਗ, ਤੇਲ ਬਰੇਕਾਂ, ਟੋਪ ਮਾਡਲ ਟਰੈਕਟਰ ਆ। ਅਤੇ ਸ਼ੋਸ਼ ਆ ਆਪਣੀਆਂ ਨਿਗਾਹ ਮਾਰ ਲਓ, ਬੰਪਰ ਲੱਗਿਆ, ਛਤਰੀ ਲੱਗੀ ਆ ਸਿੰਪਲ, ਆਹ ਕਲੱਚ ਵਾਲੇ ਪਾਸੇ ਦਾ, ਬਰੇਕ ਵਾਲੇ ਪਾਸੇ ਟਾਇਰ ਆ ਅਗਲਾ, ਆਹ ਲਓ। ਆ ਛੋਟੇ ਵੀਰ ਆਹ ਦੱਸ ਜਾ, 50-55 ਇੰਡੋ ਫਾਰਮ 30-65 ਚਾਰ ਸਿਲੰਡਰ ਆ ਗਿਆ ਇਹ ਟਰੈਕਟਰ। ਟਰੈਕਟਰ ਵਾਹਵਾ ਵੱਡਾ ਟਰੈਕਟਰ, ਨਵਾਂ ਵੀ ਕਾਫੀ ਵਿਕਿਆ ਸੀ ਇੰਡੋ ਫਾਰਮ, ਅਤੇ ਚਾਰ ਸਿਲੰਡਰ ਆ, ਵੱਡਾ ਟਰੈਕਟਰ, ਵੈਰੇ ਵੀ ਵਧੀਆ ਟਰੈਕਟਰ ਨੇ। ਪਿਛਲਾ ਹਿੱਸਾ ਤਕਰੀਬਨ 855 ਵਾਲਾ ਹੀ ਹੁੰਦਾ, ਹੈਵੀ ਟੱਪ ਆ ਗਿਆ ਇਹਦੇ ਵਿੱਚ, ਵੱਡੇ ਐਕਸਲ ਕਰਤੇ ਸੀਗੇ। ਟਰੈਕਟਰ ਦਾ ਸੁਧਾਰ ਤਾਂ ਬੜਾ ਕਰਿਆ ਇੰਡੋ ਫਾਰਮ ਨੇ, ਅਤੇ ਚੀਜ਼ ਵੀ ਨਿੱਗਰ ਬਣਾਈ ਇਹਨਾਂ ਨੇ, ਐ ਨਹੀਂ ਸੋਨਾ ਲੀਕ ਵਾਂਗੂ ਵੀ ਛੇਤੀ ਕੋਈ ਚੀਜ਼ ਟੁੱਟ ਜੂਗੀ। ਟੁੱਬਾਂ ਟੱਬਾਂ ਹੰਡੀ ਹੁੰਡੀ ਨਿੱਗਰ ਬਣਾਤੀ। ਇਹ ਤੋਂ ਬਾਅਦ ਸਾਈਡ ਗੇਅਰ ਵਾਲਾ ਮਾਡਲ ਵੀ ਹੈ, ਸੈਂਟਰ ਗੇਅਰ ਆ, ਸੈਂਟਰ ਗੇਅਰ 'ਤੇ ਜ਼ਿਆਦਾ ਡਿਮਾਂਡ ਆ, ਸਾਈਡ ਗੇਅਰ ਦੀ ਥੋੜ੍ਹੀ ਦਿੱਕਤ ਆਉਂਦੀ ਹੈ, ਸਮਾਨ ਘੱਟ ਮਿਲਦਾ। ਇਹਦੀ ਕੀ ਮੰਗ ਹੈ, ਕਿਹੜਾ ਮਾਡਲ ਹੈ ਇਹ? 14 ਮਾਡਲ 270 ਦਾ, ਹੈਵੀ ਹਿੱਸਾ ਪਾਵਰ ਸਟੀਅਰਿੰਗ ਵਾਲਾ, ਅਤੇ ਜਿਹੜਾ ਡਬਲ ਜੈਕ ਵਾਲਾ ਹਿੱਸਾ ਇਹਨੂੰ, ਤੇਲ ਬਰੇਕਾਂ, ਚਾਰ ਸਿਲੰਡਰ, ਆਹ ਟੈਂਕੀ ਪਾਵਰ ਵਾਲੀ ਆ ਗਈ ਇਹਨੂੰ, 69 ਗੇਅਰ ਵਾਂਗੂ ਜਿਸ ਤਰ੍ਹਾਂ ਟੈਂਕੀ 69 ਗੇਅਰਾਂ ਦੀ ਆਉਂਦੀ ਸੀ। ਟਾਇਰ ਤਕਰੀਬਨ ਲਾ ਲਓ ਅਗਲੇ ਤਾਂ ਵਧੀਆ, ਅਤੇ ਪਿਛਲੇ ਹੈਗੇ ਆ ਮੇਰੇ ਖਿਆਲ 40 ਪੈਸੇ ਤੋਂ ਉੱਪਰ ਤੋਂ 50 ਤੋਂ ਘੱਟ ਹੈ ਨਾ, ਅੱਧੇ ਕੁ ਤੋਂ ਦੱਬਦੇ ਆ ਥੋੜ੍ਹੇ ਜਿਹੇ ਟਾਇਰ, ਆਹ ਲਾ ਲਓ ਤੁਸੀਂ ਆਈਡੀਆ, MRF ਦੇ ਪਿਛਲੇ ਟਾਇਰ ਆ, ਆਹ ਲਓ। ਅਤੇ ਟਾਇਰਾਂ ਦੇ ਵਿੱਚ ਕੋਈ ਕਿਸੇ ਨੂੰ ਇਹਨਾਂ ਨੂੰ ਘਸੇ ਵੀ ਕਹਿ ਦਿੰਦਾ ਕਈ ਵਾਰ, ਉਹ ਮੈਂ ਉਦਣ ਵੀਡੀਓ 'ਚ ਕਹਿ ਬੈਠਾ ਵੀ ਟਾਇਰ ਗੋਲ ਆ, ਗੋਲ ਮੀਨਸ ਵੀ ਗੋਲ ਮਤਲਬ ਵੀ ਗੁੱਡੀ ਤੋਂ ਬਿਨਾਂ ਘਸੇ ਟਾਇਰ, ਸਾਡੇ ਇੱਥੇ ਟਾਇਰ ਗੋਲ ਨੂੰ ਐਂ ਕਹਿ ਦਿੰਦੇ ਵੀ ਬਾਈ, ਕਹਿੰਦਾ ਇਹਦਾ ਟਾਇਰ ਗੋਲ ਹੀ ਹੁੰਦੇ ਹੋਰ ਚੋਰਸ ਹੁੰਦੇ ਆ, ਉਹ ਬਾਈ ਗੋਲ ਮਤਲਬ ਐਂ ਕਹਿ ਦਿੰਦੇ ਗੰਜੇ, ਗੰਜੇ ਕਿਤੇ ਪੰਜਾਬੀ ਗੰਜਾ ਚੱਲ ਜਾਂਦਾ, ਕਿਤੇ ਰੋਡੇ ਚੱਲ ਜਾਂਦਾ ਵੀ ਰੋਡੇ ਆ। ਅਤੇ ਇਹ ਆਪਣਾ ਹੈਗਾ 6600 ਟੈਫੀ, 6600 ਇਹ 10 ਮਾਡਲ ਹੈ, ਇਹ ਵੀ ਬੜਾ ਟਾਈਮ ਸੀ ਨਾ ਟਰੈਕਟਰਾਂ ਦਾ ਵੀ, G4 ਦਾ ਵੀ, ਅਤੇ 2010 ਮਾਡਲ ਆ। ਹੁਣ ਵੀ ਕਈ ਭਰਾ ਜਿਨ੍ਹਾਂ ਨੂੰ ਸ਼ੌਂਕ ਹੈਗਾ, ਚਾਰ ਸਿਲੰਡਰ ਟਰੈਕਟਰ ਆ ਇਹ, ਇਹਦੀ ਕੀ ਮੰਗ ਹੈ? 230 ਇਹਦੀ ਡਿਮਾਂਡ ਆ। ਅਤੇ ਬਾਈ ਜੀ ਇਹ ਵੀ ਬਹੁਤ ਵਧੀਆ ਟਰੈਕਟਰ ਆ, ਜਿਨ੍ਹਾਂ ਨੂੰ ਇਹਦੇ ਬਾਰੇ ਪਰਖ ਆ ਉਹੀ ਹੱਥ ਪਾਉਂਦਾ ਇਹਨੂੰ, ਹਰ ਬੰਦਾ ਨਹੀਂ ਪਾਉਂਦਾ। ਅਤੇ ਇਹਦੀ ਦੁਬਾਰੇ ਦੱਸ ਦੇ ਮੰਗ ਛੋਟੇ ਕੀ ਹੈ ਇਹਦੀ, ਮੈਨੂੰ ਭੁੱਲ ਗਈ। 230 ਇੱਕ ਪਾਣੀ ਪਿਆ ਦੇ ਮੇਰਾ ਵੀਰ ਬਣ ਕੇ। ਅਤੇ ਅੱਜ ਦਿਨ ਸੋਮਵਾਰ, 1 ਤਰੀਕ, 1 ਵੀਡੀਓ 7ਵੇਂ ਮਹੀਨੇ ਦੀ ਤੁਹਾਨੂੰ ਪਾਤੀ ਆ ਦੋਸਤੋ। ਪਟਿਆਲੇ ਦੇ ਵਿੱਚ ਕੋਈ ਵੀ ਟਰੈਕਟਰ ਇਹੋ ਜਿਹਾ ਨਹੀਂ ਛੱਡਿਆ ਜਿਹੜਾ ਤੁਹਾਨੂੰ ਨਾ ਖੜ੍ਹਾ ਦਿਖਾਇਆ ਹੋਵੇ। ਅਤੇ ਦੱਬ ਦਿਉ ਤੁਸੀਂ ਵੀ ਲਾਈਕ, ਸ਼ੇਅਰ ਵਾਲੀ ਕਿੱਲੀ ਫੁੱਲ, ਅਤੇ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਕਮੈਂਟ ਕਰੋ। ਗੇਅਰਾਂ ਦੇ ਅੱਗੇ ਵੀਡੀਓ, ਇੰਜਣਾਂ ਦੀ ਵੀਡੀਓ ਆਉਣ ਵਾਲੀ ਹੈ, ਮਹਿੰਦਰਾ ਦੇ ਇੰਜਣਾਂ ਉਂਜਣਾਂ ਦੀ ਸਾਰੀ ਵੀਡੀਓ ਤੁਹਾਨੂੰ ਕਲੀਅਰ, ਇਕੱਲੇ ਇਕੱਲੇ ਉਹ ਸਟੈਂਡਰਡ ਰਹਿ ਗਿਆ ਉਹਦਾ ਕੀ ਮੰਗਦੇ ਹੋ? ਦੋ ਹਜ਼ਾਰ ਵੀਹ ਮਾਡਲ ਆ 4.5 ਲੱਖ ਰੁਪਇਆ ਡਿਮਾਂਡ ਆ, ਕਹਿੰਦਾ 4.5 ਕਹੀ ਆ ਨਾ, 4.5 ਲੱਖ ਡਿਮਾਂਡ ਆ। ਇਹ ਲੰਬਰ ਇਹ ਵੀ ਮੰਗਾ ਲਈ ਆ, ਇਹ ਲਓ ਜੀ ਸਟੈਂਡਰਡ ਵਾਲਿਆਂ ਦਾ ਡਬਲ ਕਲੱਚ 460, ਅਤੇ ਦੇਖ ਲਓ ਦੋਸਤੋ। ਅਤੇ
ਆਪਣਾ ਇਹ ਬੰਗਾਲ ਹੀ ਹੈ ਨਾ ਇਹ ਵੀ? ਮੈਂ ਤਾਂ ਹੀ ਕਹਾਂ ਚਾਰ ਸਾਢੇ ਚਾਰ ਕੀਮਤ ਲੋਕਲ ਨੰਬਰ ਦੀ ਹੋਣੀ ਆ, ਬਾਹਰ ਦੇ ਨੰਬਰ 'ਚ ਤਾਂ ਇੰਨੀ ਕੀਮਤ ਹੈ ਨਹੀਂ। ਅਤੇ ਡਬਲ ਜੈਕ ਵਾਲਾ ਹਿੱਸਾ ਦੇਖੋ ਬਣਾਇਆ, ਸਟੈਂਡਰਡ ਵਾਲਿਆਂ ਨੇ ਮੇਰੇ ਖਿਆਲ ਮੇਰੇ ਵਾਂਗੂ ਘਰ ਬੈਠਿਆ ਨੇ ਹਿੱਸਾ ਬਣਾ ਤਾ ਲੈ। ਅਤੇ ਐਡੀ ਤਕੜੀ ਕਮੈਨ ਤਿਆਰ ਕਰਤੀ, ਹਿੱਸੇ 'ਤੇ ਤਾਂ ਜ਼ੋਰ ਲਾ ਲੈਂਦੇ ਮਾੜਾ ਜਿਹਾ, ਦੇਖੀ ਇਹਨਾਂ ਦਾ ਉਹ ਅੱਛਾ। ਇਹਦੀ ਉੱਦਣ ਵੀਡੀਓ ਪਾਈ ਸੀ ਸਪੈਂਡਲ ਇਹੀ ਆ ਦੋਸਤੋ, ਉਹ ਜਿਹੜੀ ਵੀਡੀਓ ਬਹੁਤ ਵਾਇਰਲ ਹੋਈ ਸੀ, ਭਰਾ ਕਹਿੰਦੇ ਅੱਗੇ ਸਪੈਂਡਲ ਫਲਾਣੀ ਥਾਂ 'ਤੇ ਹੰਡਿਆਏ ਲਿਓ, ਫਲਾਣੇ ਲਿਓ, ਆਹ ਸਪੈਂਡਲ ਆ ਬਾਈ ਜਿਹੜਾ ਆ ਸਪੈਂਡਲ ਉੱਦਣ ਲੱਭਾ ਨਹੀਂ ਸੀ, ਆਹ ਗਿੱਠਕ ਦਾ ਸਪੈਂਡਲ ਉਹ ਬਾਈ ਨੇ ਜਿਹੜਾ ਪਟਿਆਲੇ ਲੈਣ ਆਇਆ ਸੀ, ਉਹਨੇ ਸਾਰੇ ਇੱਥੇ ਪਤਾ ਕਰ ਲਿਆ ਸੀ ਸਪੈਂਡਲ, ਉਹਨੂੰ ਸਪੈਂਡਲ ਨਹੀਂ ਸੀ ਮਿਲਿਆ। ਇਹ ਨਹੀਂ ਵੀ ਸਿੱਧਾ ਹੀ ਪਟਿਆਲੇ ਆ ਗਿਆ, ਕਮੈਂਟ ਕਰਦੇ ਸੀ ਕਈ ਭਰਾ, ਆਹ ਮੈਨੂੰ ਲੱਗਦਾ ਇਹਦਾ ਵੀ ਆਹ ਕਰੈਕ ਹੋ ਗਿਆ, ਉਹ ਵੀ ਕਈ ਭਰਾ ਕਹਿੰਦੇ ਸੀ ਕਮੈਂਟ ਕਰਕੇ ਯਾਰ ਉੱਥੇ ਪਤਾ ਕਰ ਲੈਣਾ ਸੀ, ਹੰਡਿਆਏ ਪਤਾ ਕਰਨਾ ਜਿੱਥੇ ਬਣਦਾ ਉੱਥੇ ਉੱਥੇ ਵਾਧੂ ਮਿਲਦੇ ਆ ਫਲਾਣੇ ਕੋ। ਉਹ ਕਹਿੰਦਾ ਅਸੀਂ ਕੋਈ ਜਗ੍ਹਾ ਛੱਡੀ ਉਹ ਨਹੀਂ ਲੱਭਣ ਨੂੰ ਸਪੈਂਡਲ। ਇਹ ਆਹ ਹਿੱਸਾ ਵੇਖ ਲਓ ਇਹਨਾਂ ਨੇ ਬਣਾਇਆ ਸਟੈਂਡਰਡ ਵਾਲਿਆਂ ਨੇ, ਅਤੇ ਆਹ ਸਪੈਂਡਲ ਗਿੱਠਕ ਦਾ ਸਪੈਂਡਲ ਆ, ਸਪੈਸ਼ਲ ਸਪੈਂਡਲ ਇਹਦਾ, ਇੱਥੇ ਚੈਨਲ ਹੋਣਾ ਉੱਪਰ ਉਹ ਤਾਂ ਹੀ ਉੱਦਾਂ ਜਿਹੜੀ ਵੀਡੀਓ 'ਤੇ ਬਾਈ ਗੱਡੀ 'ਚ ਸਪਰੇ ਵਾਲੇ ਸਪੈਂਡਲ ਲੈਣਾ, ਇਸ ਜਿਹੜੀ ਗੱਡੀ ਆਪਾਂ ਵੀਡੀਓ ਪਾਈ ਸੀ ਉਹ 1.5-2 ਲੱਖ ਵੀ ਹੋਇਆ ਸੀ, ਇਸੇ ਆਹ ਸਪੈਂਡਲ ਸੀ ਮੇਰੇ ਵੀ ਹੁਣ ਧਿਆਨ ਆਇਆ। ਅਤੇ ਆਹ ਦੇਖੋ ਹਿੱਸਾ ਕੀ ਬਣਾ ਤਾ ਇਹਨਾਂ ਨੇ ਵੀ, ਤੁਸੀਂ ਸਿੰਪਲ ਹਿਸਾਬ ਦਾ ਜਿਹੜਾ ਆਮ ਸੋਨਾ ਲੇਕਾ ਦੇ ਆਮ ਸਾਰੇ ਟਰੈਕਟਰ ਆਉਂਦਾ ਪਾ ਦਿਉ, ਜਿਹੜਾ ਸਮਾਨ ਕੱਲ੍ਹ ਨੂੰ ਮਿਲਦਾ ਸੌਖਾ ਰਹੇ। ਹੁਣ ਇਹਦੇ ਟਾਪੇ ਟੁੱਪੇ ਨਾ ਆਹ ਗੇਅਰ ਵੀ ਇਹਨਾਂ ਨੇ ਆਪਦਾ ਬਣਾ ਤਾ, ਕਾਢਾਂ ਤਾਂ ਬੜੀਆਂ ਕੱਢਦੇ ਆ ਵੀ ਲੋਕਾਂ ਨੂੰ ਅੱਡ ਚੱਲਣਾ, ਪਰ ਉਹਦੀ ਚੀਜ਼ ਦੀ ਮਨਿਆਦ ਵੀ ਉਹੋ ਜਿਹੀ ਬਣਾਓ ਵੀ ਜਿਹੜੀ 20 ਸਾਲ ਜ਼ਿਮੀਂਦਾਰ ਨੂੰ ਲੋੜ ਨਾ ਪਵੇ ਕੱਲ੍ਹ ਨੂੰ ਖੋਲ੍ਹਣ ਦੀ। ਅਤੇ ਆ ਟਾਪਾ ਵੀ ਇਹਨਾਂ ਦਾ ਆਪਦਾ, ਇਹਨਾਂ ਦਾ ਸਾਰਾ ਸਮਾਨ ਸਪੈਸ਼ਲ ਆ ਸਟੈਂਡਰਡ ਵਾਲਿਆਂ ਦਾ। ਅਤੇ ਅੱਜ ਦੀ ਵੀਡੀਓ ਕਰਦੇ ਇੱਥੇ ਸਮਾਪਤ ਦੋਸਤੋ, ਜਾਂਦੇ ਜਾਂਦੇ ਫਿਰ ਹੱਥ ਬੰਨ ਕੇ ਬੇਨਤੀ ਆ, ਲਾਈਕ ਸ਼ੇਅਰ ਵਾਲੀ ਗਿੱਲੀ ਦੱਬ ਦਿਉ, ਉੱਥੇ ਹੀ ਤੁਸੀਂ ਸਬਸਕ੍ਰਾਈਬਰ ਖੜਾ ਦਿੱਤੇ ਆ ਸਾਰਿਆਂ ਨੇ, ਕਰ ਦਿਉ ਕੰਮ ਪੂਰਾ। ਅਤੇ ਧੰਨਵਾਦ ਆ ਦੋਸਤੋ।